फरीदा दुख सुख एक कर दिल ते लाए विकार अल्लाह भावे सो भला अल्लाह भावे सो भला अल्लाह भावे सो भला अल्लाह भावे सो भला तालमी ਦਰਬਾਰ ਤਾਂ ਲੱਭੇਗਾ ਤਾਂ ਲੱਭੀ ਦਰਬਾਰ ਤਾਂ ਲੱਭੀ ਦਰਬਾਰ ਫਰੀਦਾ ਦੁੱਖ ਸੁੱਖ ਇੱਕ ਕਰ ਫਰੀਦਾ ਦੁੱਖ ਸੁੱਖ ਇੱਕ ਕਰ ਜੱਜ ਭੈਣਾਂ ਦੇਖੋ ਪਰਚਾ ਵੀ ਨਾ ਪਵੇ ਪਰ ਸਹਿਜ ਸੁਭਾਅ ਕੋਈ ਕਰਮ ਆ ਜੇ ਉਹਦੇ ਚੋਂ ਨੌਵੀਂ ਨਿਸ਼ਾਨੀ ਸੁੱਖ ਲੱਭਣ ਦਾ ਯਤਨ ਕਰੋਗੇ ਤੁਹਾਨੂੰ ਇੱਕ ਸ਼ਾਂਤੀ ਦੀ ਹੋ ਜਾਏਗੀ ਮੈਂ ਨਾਂ ਨਹੀਂ ਲੈਣਾ ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਹੋਏ ਨੇ ਉਹ ਲੇਡੀਜ਼ ਨੇ ਉਹਨਾਂ ਦੇ ਦੀਵਾਨਾਂ 'ਚ ਕਾਫੀ ਇਕੱਠ ਵੀ ਹੁੰਦਾ ਵੀਹ ਵੀਹ ਪੱਚੀ ਪੱਚੀ ਹਜ਼ਾਰ ਦਾ ਵਿਚਾਰਾਂ ਦੀ ਸਾਂਝ ਹੈ ਦਾਸ ਨਾਲ ਮੈਨੂੰ ਉਹਨੇ ਇੱਕ ਬੱਚੇ ਨੂੰ ਸੁਣਾਇਆ ਇੱਕ ਵਾਰੀ ਅਤੇ ਮੈਂ ਉਹ ਦਿਲ ਕਰਦਾ ਤੁਹਾਡੇ ਨਾਲ ਸਾਂਝਾ ਕਰਾਂ ਮੈਨੂੰ ਉਹਦੇ 'ਚੋਂ ਇਹ ਨੌਵੀਂ ਨਿਸ਼ਾਨੀ ਲੱਭੀ ਉਹ ਲੇਡੀਜ਼ ਨੇ ਹਿੰਦੂ ਧਰਮ ਦੇ ਮਹਾਂਪੁਰਸ਼ ਨੇ ਕਥਾ ਵੀ ਕਰਦੇ ਆ ਕਈ ਜਗ੍ਹਾ 'ਤੇ ਉਹਨਾਂ ਜਪਜੀ ਸਾਹਿਬ ਦੇ ਅਰਥ ਵੀ ਕੀਤੇ ਆ ਹੈ ਜੀ ਗੁਰਬਾਣੀ 'ਚ ਵੀ ਉਹਨਾਂ ਦਾ ਸ਼ਰਧਾ ਭਾਵਨਾ ਉਹਨਾਂ ਮੈਨੂੰ ਬਚਨ ਸੁਣਾਇਆ ਕਹਿੰਦੇ ਜਿਹਨੂੰ ਮੈਂ ਗੁਰੂ ਧਾਰਨ ਕੀਤਾ ਤੁਹਾਡੇ ਸਿੱਖੀ ਵਿੱਚ ਤੁਹਾਡੇ ਗੁਰੂ ਕੌਣ ਨੇ ਧੰਨ ਸ੍ਰੀ ਗੁਰੂ ਸਤਿਕਾਰਯੋਗ ਹਿੰਦੂ ਧਰਮ ਵਿੱਚ ਸਰੀਰ ਨੂੰ ਵੀ ਗੁਰੂ ਧਾਰਨ ਕਰਦੇ ਉਹਨਾਂ 'ਚ ਤੁਹਾਡੇ 'ਚ ਨਹੀਂ ਉਹ ਕਹਿੰਦੇ ਵੀ ਜਿਹਨੂੰ ਮੈਂ ਧਾਰਨ ਕੀਤਾ ਅਤੇ 18 ਸਾਲ ਹੋ ਗਏ ਸੀ ਵੀ ਮੈਂ ਮਿਲਣ ਨਹੀਂ ਸੀ ਗਈ ਜਿਹਨੂੰ ਗੁਰੂ ਧਾਰਨ ਕੀਤਾ ਉਹ ਵੀ ਲੇਡੀਜ਼ ਹੈ ਅਤੇ ਇਹ ਵੀ ਲੇਡੀਜ਼ ਕਹਿੰਦੇ 18 ਸਾਲ ਹੋ ਗਏ ਮੈਂ ਮਿਲਣ ਨਹੀਂ ਸੀ ਗਈ ਅਤੇ ਮੇਰਾ ਚਿੱਤ ਆਇਆ ਵੀ 18 ਸਾਲ ਹੋ ਗਏ ਨੇ ਉਹਨਾਂ ਦੇ ਡੇਰੇ ਜਿਨ੍ਹਾਂ ਨੂੰ ਮੈਂ ਆਪਣੇ ਗੁਰੂ ਧਾਰਨ ਕੀਤਾ ਸੀ ਦਰਸ਼ਨ ਕਰਕੇ ਆਵਾਂ ਅਤੇ ਕਹਿੰਦੀ ਜਦੋਂ ਮੈਂ ਉਹਨਾਂ ਨੂੰ ਦਰਸ਼ਨ ਕਰਨ ਗਈ ਅਤੇ ਇੰਨੇ ਬਿਮਾਰ ਇੰਨਾ ਸਰੀਰ ਅਪਸੈੱਟ ਕਿ ਬਿਸਤਰੇ ਦੇ ਉੱਤੇ ਹੀ ਸਾਰੀ ਕਿਰਿਆ ਹੋ ਰਹੀ ਹੈ ਸਰੀਰ ਇੰਨਾ ਮਤਲਬ ਕਿਰਿਆ ਵੀ ਬਿਸਤਰੇ 'ਤੇ ਖਾਣਾ ਵੀ ਬਿਸਤਰੇ 'ਤੇ ਇਤਨੀ ਹਾਲਤ ਨਾਜ਼ੁਕ ਹੁਣ ਵੇਖਿਓ ਇੱਕ ਬੈੱਡ ਦੇ ਉੱਤੇ ਕਿਰਿਆ ਬੈੱਡ 'ਤੇ ਖਾਣਾ ਪੀਣਾ ਬੈੱਡ 'ਤੇ ਅਤੇ ਉਹ ਮੈਨੂੰ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਗੁਰੂ ਨੂੰ ਕਿਹਾ ਜੀ ਬੜੇ ਦੁਖੀ ਹੋ ਤੁਸੀਂ ਇਸ ਵੇਲੇ ਹੱਕ ਸਤਨਾਮ ਕਹਿੰਦੀ ਮੈਂ ਆਪਣੇ ਗੁਰੂ ਨੂੰ ਕਿਹਾ ਵੀ ਬੜਾ ਔਖਾ ਸਮਾਂ ਤੁਹਾਡੇ 'ਤੇ ਆ ਗਿਆ ਆਪ ਜੀ ਬੈੱਡ 'ਤੇ ਉਹਦੇ 'ਤੇ ਕਿਰਿਆ ਸਾਰੀ ਜੋ ਬਾਥਰੂਮ ਲੈਟਰਿੰਗ ਸਾਰੀ ਕਿਰਿਆ ਉਹਦੇ 'ਤੇ ਹੀ ਖਾਣਾ ਪੀਣਾ ਵੀ ਉਹਦੇ 'ਤੇ ਹੀ ਬਹੁਤ ਮਾੜਾ ਹੋਇਆ ਤੁਹਾਡੇ ਨਾਲ ਬੜਾ ਮਾੜਾ ਸਮਾਂ ਆ ਗਿਆ ਬੜੀ ਔਖੀ ਘੜੀ ਆ ਗਈ ਹੈ ਕੀ ਹਾਲਤ ਤੁਹਾਡੀ ਬਿਸਤਰੇ 'ਤੇ ਉਹ ਮੈਨੂੰ ਹਿੰਦੂ ਧਰਮ ਦੇ ਮਹਾਂਪੁਰਸ਼ ਕਹਿੰਦੇ ਮੇਰੀ ਉਹ ਗੁਰੂ ਨੂੰ ਮੈਂ ਧਾਰਨ ਕੀਤਾ
ਬਿਸਤਰੇ ਤੇ ਲੰਮੀ ਪਈ ਪਈ ਕੜਕ ਕੇ ਬੋਲੇ, ਕਹਿੰਦੀ ਮੈਂ ਕਾਹਦੀ ਦੁਖੀ ਹਾਂ, ਹੁਣ ਵੇਖੋ ਦੁੱਖ ਹੈਗਾ, ਬੈੱਡ 'ਤੇ ਕਿਰਿਆ, ਬੈੱਡ 'ਤੇ ਖਾਣਾ ਪੀਣਾ। ਕਹਿੰਦੀ ਮੈਨੂੰ ਕੜਕ ਕੇ ਬੋਲੇ, ਕਾਹਦੀ ਮੈਂ ਦੁਖੀ ਹਾਂ, ਮੈਂ ਨਹੀਂ ਦੁਖੀ, ਮੈਨੂੰ ਤੇ ਮੇਰੇ ਬੀਠਲ ਨੇ ਫਿਰ ਬੱਚਾ ਬਣਾ ਦਿੱਤਾ। ਬੱਚਾ ਜਿਵੇਂ ਬੱਚਾ ਸਾਰੀ ਕਿਰਿਆ ਮੰਜੇ 'ਤੇ ਕਰਦਾ, ਖਾਂਦਾ ਪੀਂਦਾ ਮੰਜੇ 'ਤੇ, ਮਾਂ ਸੰਭਾਲਦੀ, ਮੈਨੂੰ ਤੇ ਬੀਠਲ ਨੇ ਬੱਚਾ ਬਣਾ ਦਿੱਤਾ ਅਤੇ ਸੰਗਤ ਮਾਂ ਬਾਪ ਮੈਨੂੰ ਸੰਭਾਲਦੀ ਪਈ ਹੈ, ਮੈਨੂੰ ਤਾਂ ਉਹਨੇ ਬੱਚਾ ਬਣਾ ਦਿੱਤਾ, ਮੈਂ ਦੁਖੀ ਥੋੜ੍ਹੀ ਹੈ। ਹੋਏ ਹੋਏ ਹੋਏ, ਵੇਖੋ ਦੁੱਖ ਹੈ। ਕਿਰਿਆ ਮੰਜੇ 'ਤੇ, ਖਾਣਾ ਪੀਣਾ ਮੰਜੇ 'ਤੇ, ਲੇਕਿਨ ਉਹਦੇ ਵਿੱਚੋਂ ਵੀ ਕੀ ਸੁੱਖ ਲੱਭਿਆ, ਮੇਰੇ ਪਰਮੇਸ਼ਰ ਨੇ ਮੈਨੂੰ ਬੱਚਿਆਂ ਬਣਾ ਦਿੱਤਾ ਅਤੇ ਮੈਨੂੰ ਬੱਚਾ ਬਣਾ ਕੇ ਮੇਰੀ ਉਸੇ ਤਰ੍ਹਾਂ ਸੇਵਾ ਹੋ ਰਹੀ ਹੈ। ਆਖੋ ਸਤਨਾਮ, ਗੁੱਸਾ ਨਾ ਕਰਿਓ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਮੈਨੂੰ ਵੀ ਸਭ ਨੂੰ ਤੰਦਰੁਸਤੀ ਬਖਸ਼ੇ। ਪਰ ਜੇ ਕਿਤੇ ਇਸ ਤਰ੍ਹਾਂ ਦਾ ਬੈੱਡ ਕਿਸੇ ਨੂੰ ਮਿਲ ਜਾਵੇ ਅਤੇ ਦੁੱਖ 'ਚੋਂ ਸੁੱਖ ਲੱਭਣ ਦੀ ਜਾਚ ਨਾ ਹੋਵੇ, ਉਹਦਾ ਕੋਈ ਹਾਲ ਚਾਲ ਪੁੱਛਣ ਆਵੇ, ਜਦੋਂ ਕੋਈ ਉਹਨੂੰ ਕਵੇ ਆਪ ਜੀ ਤੇ ਬੈੱਡ 'ਤੇ ਸਾਰਾ ਕੁਝ, ਬੜਾ ਔਖਾ ਸਮਾਂ, ਉਹ ਨਾਲ ਹੀ ਕੀ ਕਹਿੰਦਾ, ਹਾਂ ਮੇਰੇ ਵਰਗਾ ਤਾਂ ਦੁਖੀ ਕੋਈ ਨਹੀਂ। ਆਖੋ ਸਤਨਾਮ, ਜੋ ਮੇਰੇ ਨਾਲ ਰੱਬ ਨੇ ਕੀਤੀ ਕਿਸੇ ਨਾ ਕਰੇ ਹੀ ਨਾ। ਹੱਕ ਸਤਨਾਮ, ਰੱਬ ਨੂੰ ਕੋਸਣਾ ਵੀ ਸ਼ੁਰੂ ਕਰੇਗਾ, ਮੰਦਾ ਭਲਾ ਵੀ ਕਹੇਗਾ, ਮੇਰੇ ਨਾਲ ਆਹ ਕੀ ਹੋਇਆ ਕਲਪੇਗਾ ਵੀ। ਲੇਕਿਨ ਵੇਖ ਲਓ, ਜਿੰਨੇ ਥੋੜ੍ਹਾ ਜਿਹਾ ਇਸ ਨਿਸ਼ਾਨੀ ਨੂੰ ਸਹਿਜ ਸੁਭਾਅ ਅਪਣਾਇਆ ਸਾਧ ਸੰਗਤ, ਉਹਨੇ ਦੁੱਖ ਵਿੱਚੋਂ ਵੀ ਸ਼ਾਂਤੀ ਲੱਭੀ ਹੋਈ। ਆਖੋ ਸਤਨਾਮ। 2 ਮਿੰਟ ਸਹਿਯੋਗ ਦੇਣਾ ਜੀ, 2 ਮਿੰਟ ਹੋਰ। ਫਰੀ ਤਾਂ ਦੁੱਖ ਸੁੱਖ ਇੱਕ ਕਰ, ਫਰੀ ਤਾਂ ਦੁੱਖ ਸੁੱਖ ਇੱਕ ਕਰ, ਫਰੀ ਤਾਂ ਸਾਗਲ ਪਵਿੱਤਰ, ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਬਾਣੀ ਜੇ, ਜੋ ਵਰਤਾਏ, ਜੋ ਵਰਤਾਏ ਸੋਈ ਭਲਾ, ਫਰੀਦਾ ਦੁੱਖ ਸੁੱਖ ਇੱਕ ਕਰ, ਗੱਜ ਕੇ ਭੈਣੋ ਫਰੀਦਾ। ਪੰਗਤੀ ਬੋਲੀ ਦੇ ਇਕਦਮ ਸੁਰਤੀ, ਜਿਵੇਂ ਬਾਬਾ ਆਨੰਦ ਸਿੰਘ ਜੀ ਆ ਗਏ। ਬਾਬਾ ਜੀ, ਬਾਬਾ ਜੀ ਜਿਵੇਂ ਅੰਦਰੋਂ ਹੀ ਪ੍ਰੇਰਨਾ, ਕਹਿੰਦੇ ਸਾਡਾ ਵੀ ਬਚਨ ਸੁਣਾ ਦੇ। ਬਾਬਾ ਆਨੰਦ ਸਿੰਘ ਜੀ ਨੇ ਸਾਰੀ ਜ਼ਿੰਦਗੀ ਸਾਈਨ ਨਹੀਂ ਕੀਤੀ, ਇਕੱਠ ਵਿੱਚ ਸਰੋਪਾ ਨਹੀਂ ਲਿਆ, ਇਕੱਲੀ ਔਰਤ ਨਾਲ ਬਚਨ ਨਹੀਂ, ਜਾਂ ਉਹਦਾ ਪਿਤਾ ਜਾਂ ਪਤੀ ਜਾਂ ਭਰਾ ਨਾਲ। ਕਿਧਰੇ ਉਹਨਾਂ ਨੇ ਨੀਂਹ ਨਹੀਂ ਰੱਖੀ ਬਾਬਾ ਜੀ, ਇੱਕ ਗੁਰਦੁਆਰੇ ਦੀ ਨੀਂਹ ਰੱਖੀ। ਜਰਾ ਅੱਜ ਦੀ ਗੱਲ ਸੁਣਿਓ, ਆਉਂ ਬਾਬਾ ਜੀ ਨੇ ਨੀਂਹ ਰੱਖੀ ਅਤੇ ਕਈ ਮਿਸਤਰੀ ਅਣਜਾਣ ਹੁੰਦੇ ਆ, ਹੁਣ ਬਾਬਾ ਜੀ ਨੇ ਮਹਾਂਪੁਰਸ਼ਾਂ ਤੋਂ ਇੱਟ ਫੜੀ ਅਤੇ ਰੱਖਤੀ, ਥੱਲੇ ਉਹਨੇ ਮਸਾਲਾ ਪਾਇਆ ਅਤੇ ਰੱਖਤੀ। ਮਿਸਤਰੀ ਨੇ ਕੀ ਕੀਤਾ, ਇੱਟ ਚੁੱਕੀ,